ਜੇ ਪਹਿਲੀਆਂ ਸਰਕਾਰਾਂ ਵਾਲੇ ਹੁੰਦੇ ਨਾ ਉਹਨਾਂ ਨੇ ਇਹ ਵੀ ਨਹੀਂ ਕਰਨਾ ਸੀ ਮੁੱਖ ਮੰਤਰੀ ਤੋਂ ਮੈਨੂੰ ਐਟਲੀਸਟ ਇਹ ਉਮੀਦ ਹੈਗੀ ਹੈ ਕਿ ਉਹ ਇਹ ਲੋਕ ਹਿੱਤ ਦੇ ਵਿੱਚ ਫੈਸਲੇ ਲੈਣਗੇ ਪਰ ਇਹ ਕੰਮ ਮਾੜਾ ਜਾਂ ਪਹਿਲਾਂ ਕਰ ਲਿਆ ਕਿਸਾਨ ਅੰਦੋਲਨ ਤੋਂ ਬਾਅਦ ਅਸੀਂ ਸਿੱਖ ਗਏ ਆ ਕਿ ਜੇ ਇਹ ਨਹੀਂ ਮੰਨਦੇ ਤਾਂ ਅਸੀਂ ਮੰਨਵਾ ਕੇ ਛੱਡਾਂਗੇ ਧੌਣ ਤੇ ਗੋਡਾ ਰੱਖ ਕੇ ਸਹੀ ਚੱਲ ਮੋਰਚੇ ਜਾਗਦੀਆਂ ਕੌਮਾਂ ਹੀ ਲਾਉਂਦੀਆਂ ਨੇ ਤਨਾ ਕਿਤੇ ਸਿਆਸੀ ਗਲਿਆਰਾਂ ਦੇ ਵਿੱਚ ਇਹ ਵੀ ਚਰਚਾ ਚੱਲ ਪਈ ਹੈ ਕਿ ਜਲੰਧਰ ਦੀ ਉਹ ਬਾਈ ਇਲੈਕਸ਼ਨ ਆ ਰਹੀ ਹੈ। ਐਕਸ਼ਨ ਇਥੇ ਸਾਲ ਖ ਬਾਅਦ ਹੋ ਜਾਇਆ ਕਰਨਾ। ਸ਼ਾਇਦ ਇਸੇ ਕਰਕੇ ਇਹ ਕੰਮ-ਕੰਮ ਕਰ ਲੈਣ। ਇਹ 24 ਨੀ ਇਲੈਕਸ਼ਨ ਦੇ ਵਿੱਚ ਫਰਕ ਪਾਉਗੇ ਤਾਂ। ਵੋਟ ਦੀ ਝੋਟ ਦਾ ਅਸਰ ਬਹੁਤ ਹੁੰਦਾ ਹੈ। ਅਸੀਂ ਮਾਰੇ ਕਿਹੜੀ ਗੱਲ ਦੇ ਆਂ? ਅਸੀਂ ਪੱਟੇ ਕਿਹੜੀ ਗੱਲ ਦੇ ਆਂ? ਜਦੋਂ ਕਾਂਗਰਸ ਦੀ ਸਰਕਾਰ ਦੇ ਮੁੱਖ ਮੰਤਰੀ ਇੱਥੇ ਫੈਸਲਾ ਨਹੀਂ ਲੈਂਦੇ ਸੀ। ਦਿੱਲੀ ਚ ਲੈਦੇ ਸੂਤ ਉਹ 20 ਕਰੋੜ ਜਿਹੜਾ ਇਹਨਾਂ ਨੂੰ ਦਿੱਤਾ ਉਹ ਵਾਪਸ ਲਿਆ ਜਾਵੇ ਸਰਕਾਰ ਨੇ ਜਿਹੜਾ ਦਿੱਤਾ ਉਹ ਸਰਕਾਰ ਦਾ ਪੈਸਾ ਨਹੀਂ ਉਹ ਲੋਕਾਂ ਦਾ ਪੈਸਾ ਹੈ ਪੈਸ਼ਨ ਗ੍ਰੀਨ ਟ੍ਰਿਬਿਊਨਲ ਦੀਆਂ ਵੀ ਉੱਤੇ ਟੀਮਾਂ ਪਹੁੰਚਦੀਆਂ ਉੱਥੇ ਵੀ ਰਿਪੋਰਟਸ ਜਿਹੜੀਆਂ ਉਹਨੀਆਂ ਕਲੈਕਟ ਕੀਤੀਆਂ ਨੇ ਉਹਦੇ ਵਿੱਚ ਉਹ ਵੀ ਕਲੀਨ ਚਿੱਟ ਦੇ ਦਿੰਦੇ ਨੇ ਅਸੀਂ ਬਹੁਤ ਉਮੀਦਾਂ ਨਾਲ ਹੀ ਚੁਣੇ ਸੀ ਸਾਨੂੰ ਬਹੁਤ ਜ਼ਿਆਦਾ ਬਿਹਤਰ ਚਾਹੀਦੇ ਨੇ ਸੀਐਮ ਮਾਨ ਦੇ ਵੱਲੋਂ ਅੱਜ ਇਤਿਹਾਸਿਕ ਫੈਸਲਾ ਲਿਆ ਗਿਆ ਜੀਰਾ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸਾਡੇ ਨਾਲ ਨੇ ਭਾਈ ਅਮਿਤੋਜ ਮਾਨ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਪਹਿਲਾ ਰੈਕਸ਼ਨ ਤੁਹਾਡਾ ਜੀਰਾ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਸਨਾਤੇ ਗਏ ਨੇ ਇੱਕ ਬੜਾ ਹਿਸਟੋਰੀਕਲ ਫੈਸਲਾ ਦੇਰ ਆਏ ਦਰੁਸਤ ਹੈ ਪਰ ਮੈਂ ਇਹਦੇ ਨਾਲ ਨਾਲ ਇਹ ਵੀ ਕਹੂੰਗਾ ਕਿ ਦੁੱਧ ਵੀ ਦਿੱਤਾ ਦਿੱਤਾ ਵੀ ਮੀਂਗਣਾ ਪਾ ਕੇ ਇਹੀ ਗੱਲ 5 ਮਹੀਨੇ ਪਹਿਲਾਂ ਹੋ ਜਾਂਦੀ ਬਲਕਿ 6 ਮਹੀਨੇ ਪਹਿਲਾਂ ਹੋ ਜਾਂਦੀ ਤਾਂ ਜਿਹੜੀਆਂ ਉੱਥੇ ਤਿੰਨ ਸ਼ਹੀਦੀਆਂ ਹੋਈਆਂ ਨੇ ਉਹ ਨਾ ਹੁੰਦੀਆਂ ਉਨਵਚਾਰੇਾਂ ਦੀ ਜ਼ਿੰਦਗੀ ਬਚ ਜਾਂਦੀ ਔਰ ਨਾਲ ਨਾਲ ਇੰਨਾ ਰੌਲਾ ਨਾ ਪਾਉਣਾ ਪੈਂਦਾ ਸਾਡੇ ਅਰਗੇ ਲੋਕਾਂ ਨੂੰ ਵੀ ਉੱਥੇ ਜਾ ਜਾ ਕੇ ਬਾਰ ਬਾਰ ਉਹਨਾਂ ਦੇ ਨਾਲ ਖੜਨਾ ਨਾ ਪੈਂਦਾ ਖੜਨਾ ਮਾੜੀ ਗੱਲ ਨਹੀਂ ਹੁੰਦੀਗੀ ਬਟ ਇੱਕ ਹੱਕ ਔਰ ਇਨਸਾਫ ਦੀ ਚੀਜ਼ ਨੂੰ ਇੰਨਾ ਚਿਰ ਲਾ ਦੇਣਾ ਜਿਹੜੀਆਂ ਕਮੇਟੀਆਂ ਹੁਣ ਬਣਾਈਆਂ ਜਿਨ੍ਹਾਂ ਦੀ ਰਿਪੋਰਟਸ ਦੇ ਆਧਾਰ ਤੇ ਇਹਨਾਂ ਨੇ ਕੀਤਾ ਇਹ ਕੰਮ ਇਹ ਇਨੀਸ਼ੀਏਟਿਵ ਲੈ ਕੇ ਕਮੇਟੀਆਂ 6 ਮਹੀਨੇ ਪਹਿਲਾਂ ਜਾਂ 5 ਮਹੀਨੇ ਪਹਿਲਾਂ ਵੀ ਤਾਂ ਬਣ ਸਕਦੀਆਂ ਸੀ ਪਰ ਮੇਰੀ ਹੁਣ ਇੱਕ ਗੁਜ਼ਾਰਿਸ਼ ਆ ਸਰਕਾਰ ਨੂੰ ਤੁਹਾਡੇ ਕੈਮਰੇ ਰਹੀਂ ਕਿ ਜਿਹੜੇ ਸੈਂਪਲਸ ਤੁਸੀਂ ਉਥੋਂ ਭਰੇ ਨੇ ਇਹਨਾਂ ਨੂੰ ਨਾਸ਼ਰ ਇਹਨਾਂ ਨੂੰ ਬਾਹਰ ਜ਼ਰੂਰ ਕੱਢਿਓ ਜੀ ਉਹਨਾਂ ਦੀ ਰਿਪੋਰਟਸ ਨੂੰ ਬਾਹਰ ਜ਼ਰੂਰ ਕੱਢਿਓ ਜੀ ਇਹ ਨਾ ਹੋਵੇ ਕਿ ਇਹ ਤਾਂ ਜੀ ਬਸ ਐਂ ਕਰਤਾ ਪਤਾ ਲੱਗੇ ਲੋਕਾਂ ਨੂੰ ਕਿ ਫੈਕਟਰੀ ਉੱਤੇ ਕਿੰਨਾ ਗੰਦ ਪਾਉਂਦੀ ਸੀ ਤੇ ਨਾਲ ਨਾਲ ਉਹ 20 ਕਰੋੜ ਜਿਹੜਾ ਇਹਨਾਂ ਨੂੰ ਦਿੱਤਾ ਉਹ ਵਾਪਸ ਲਿਆ ਜਾਵੇ ਸਰਕਾਰ ਨੇ ਜਿਹੜਾ ਦਿੱਤਾ ਉਹ ਸਰਕਾਰ ਦਾ ਪੈਸਾ ਨਹੀਂ ਉਹ ਲੋਕਾਂ ਦਾ ਪੈਸਾ ਹੈ ਉਹ 20 ਕਰੋੜ ਵਾਪਸ ਲਿਆ ਜਾਵੇ ਤੇ ਜੇ ਗੰਦ ਪਾਉਂਦੇ ਸੀ ਜੇ ਇਹਨਾਂ ਨੇ ਥੱਲੇ ਉੱਥੇ ਪਾਣੀ ਨੂੰ ਗੰਦਾ ਕੀਤਾ ਸੀ ਵਾਤਾਵਰਨ ਨੂੰ ਗੰਦਾ ਕੀਤਾ ਸੀ ਉਹ ਜਿਹੜੀਆਂ ਨੇੜੇ ਦੀਆਂ ਫਸਲਾਂ ਸੀ ਉਹਨਾਂ ਨੂੰ ਗੰਦਾ ਕੀਤਾ ਸੀ ਤਾਂ ਇਹਨਾਂ ਤੋਂ 100 ਕਰੋੜ ਦਾ ਹਰਜਾਨਾ ਲਿਆ ਜਾਵੇ ਲਗਾਤਾਰ ਤੁਸੀਂ ਵੀ ਮੋਰਚੇ ਦੇ ਵਿੱਚ ਐਕਟਿਵ ਰਹੇ ਹੋ ਉੱਥੇ ਜਾ ਕੇ ਮੋਰਚੇ ਲਾਉਣੇ ਜ਼ਰੂਰੀ ਨੇ ਕਿ ਅਜਿਹਾ ਜਿਹੜਾ ਲੋਕਪੱਕੀ ਫੈਸਲਾ ਲਾਉਣ ਦੇ ਲਈ ਵੀ ਪਹਿਲਾਂ 6-6 ਮਹੀਨੇ ਸਾਤ ਸਾਲ ਉੱਥੇ ਬੈਠੋ ਫਿਰ ਜਦੋਂ ਇੱਕ ਦੋ ਜਿਹੜੇ ਉੱਥੇ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜੇ ਫੈਸਲੇ ਆਉਂਦੇ ਆਂ ਨੇ ਪਹਿਲੀ ਗੱਲ ਸਰਕਾਰ ਉਹ ਆਪਦੀ ਔਰ ਸਿਹਰਦ ਮੰਨੀ ਜਾਂਦੀ ਹੈ ਜਿਹੜੀ ਮੋਰਚੇ ਲੱਗਣ ਤੋਂ ਪਹਿਲਾਂ ਫੈਸਲਾ ਕਰ ਦੇ। ਔਰ ਮੈਨੂੰ ਮੁੱਖ ਮੰਤਰੀ ਤੋਂ ਇਹੀ ਉਮੀਦ ਸੀ ਕਿ ਪਹਿਲਾਂ ਹੀ ਫੈਸਲਾ ਕਰ ਦੇਣਗੇ ਪਰ ਪਤਾ ਨਹੀਂ ਕਿਹੜੇ ਰੀਜ਼ਨਾ ਕਰਕੇ ਉਹਨਾਂ ਨੇ ਇੰਨਾ ਡਿਲੇ ਕਰਤਾ ਹੁਣ ਉਹਦੇ ਤੇ ਨਹੀਂ ਜਾਂਦੇਗੇ। ਦੂਸਰੀ ਗੱਲ ਮੋਰਚੇ ਲਾਉਣ ਦੀ ਤਾਂ ਇਹ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਹੁੰਦੀ ਹੈ। ਮੋਰਚੇ ਜਾਗਦੀਆਂ ਕੌਮਾਂ ਹੀ ਲਾਉਂਦੀਆਂ ਨੇ ਜੁਰਤ ਵਾਲੀਆਂ ਕੌਮਾਂ ਹੀ ਲਾਉਂਦੀਆਂ ਨੇ ਔਰ ਇਸ ਖਿੱਤੇ ਦੇ ਲੋਕ ਜਾਗਦੇ ਸੀ ਜਾਗਦੇ ਹਨ ਔਰ ਜਾਗਦੇ ਰਹਿਣਗੇ ਹੁਣ ਮੈਂ ਇੱਕ ਹੋਰ ਗੱਲ ਆਣਾ ਮੁੱਖ ਮੰਤਰੀ ਜੀ ਨੂੰ ਕਿ ਆਤਾ ਕਰਤਾ ਜਿਹੜੀਆਂ ਜੋੜੀਆਂ ਨਹਿਰਾਂ ਵਾਲਾ ਮਸਲਾ ਹੈ ਨਾ ਜਿਹੜਾ ਇਹ ਪੱਕਾ ਕਰ ਰਹੇ ਨੇ ਕੰਕਰੀਟ ਔਰ ਥੱਲਿਓਂ ਵੀ ਔਰ ਮੋਮਜਾਮਾ ਪਾ ਰਹੇ ਨੇ ਵੀ ਉਹ ਵੀ ਇੱਕ ਵੱਡਾ ਮੋਰਚਾ ਲੱਗਣ ਤੋਂ ਪਹਿਲਾਂ ਹੀ ਤੁਸੀਂ ਕਦਮ ਪੁੱਟ ਲੋ ਔਰ ਉਹਦੇ ਨਾਲ ਜਿਹੜਾ ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਬੰਦੀ ਸਿੰਘਾਂ ਮਾਰੇ ਉਹਨਾਂ ਲਈ ਜਿਹੜਾ ਕੰਮ ਤੁਸੀਂ ਕਰ ਸਕਦੇ ਹੋ ਜਿਵੇਂ ਕਿ ਜਥੇਦਾਰ ਹਵਾਰਾ ਹੋਰਾਂ ਦੀ ਪੈਰੋਲ ਰੋਕਣ ਲਈ ਮੁਹੱਲੇ 'ਚ ਇੱਕ ਕੇਸ ਦਰਜ ਕੀਤਾ ਹੋਇਆ ਬੜੇ ਚਿਰ ਦਾ ਉਹਦਾ ਚਲਾਨ ਨਹੀਂ ਪੇਸ਼ ਕੀਤਾ ਜਾ ਰਿਹਾ ਪਤਾ ਕਿਉਂ ਕਿਉਂਕਿ ਇਹਨਾਂ ਨੂੰ ਪੈਰੋਲ ਨਾ ਮਿਲੇ ਕਿ ਇਹ ਤਫ਼ਤੀਸ਼ 'ਚ ਵਾਦਾ ਪਾਉਣਗੇ ਉਹਨੂੰ ਵਾਪਸ ਲੈ ਲਓ ਇਸੇ ਤਰ੍ਹਾਂ ਨਾਲ ਬਾਬਲ ਦਾ ਇਨਸਾਫ ਕਰ ਦਿਓ ਜਿਹੜਾ ਤੁਸੀਂ ਉਹਦੇ ਵਿੱਚ ਬਾਕੀ ਰਹਿੰਦਾ ਜਿਨ੍ਹਾਂ ਲੋਕਾਂ ਨੂੰ ਇਨਕਲੂਡ ਕਰਨਾ ਉਹਨਾਂ ਬਾਰੇ ਚਲਾਨ ਪੇਸ਼ ਕਰਨਾ ਉਹ ਕਰ ਦਿਓ ਐਂ ਜਿੱਥੇ ਵੀ ਕੋਈ ਹੋਰ ਮਸਲਾ ਹੈਗਾ ਉਹਦੇ ਲਈ ਕਦਮ ਵਧਾਓ ਇਹ ਨਾ ਹੋਵੇ ਕਿ ਉਸ ਤੋਂ ਬਾਅਦ ਫਿਰ ਤੁਹਾਨੂੰ ਇਹੀ ਕਹਿਣਾ ਪਾਵੇ ਕਿ ਗੰਡੇ ਵੀ ਖਾਦੇ ਤੇ ਛੱਤਰ ਵੀ ਖਾਦੇ ਦੁੱਧ ਵੀ ਦਿੱਤਾ ਦਿੱਤਾ ਵੀ ਮੀਂਗਣਾ ਪਾ ਕੇ ਇਸ ਤਰ੍ਹਾਂ ਦੀ ਕਹਾਵਤਾਂ ਤੋਂ ਬਚੋ ਖੁਦ ਇਨੀਸ਼ੀਏਟਿਵ ਲਵੋ ਜਦੋਂ ਤੁਸੀਂ ਇਨੀਸ਼ੀਏਟਿਵ ਲੈ ਕੇ ਅੱਗੇ ਵਧੂਗੇ ਤਾਂ ਅਸੀਂ ਕਵਾਂਗੇ ਸਾਡੀ ਸਰਕਾਰ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਜੇ ਪਹਿਲੀਆਂ ਸਰਕਾਰਾਂ ਵਾਲੇ ਹੁੰਦੇ ਨਾ ਉਹਨਾਂ ਨੇ ਇਹ ਵੀ ਨਹੀਂ ਕਰਨਾ ਸੀ ਇਹਨਾਂ ਨੇ ਐਟਲੀਸਟ ਇੰਨਾ ਤਾਂ ਕਰਤਾ ਪਰ ਇਹਨਾਂ ਤੋਂ ਅਸੀਂ ਜ਼ਿਆਦਾ ਦੀ ਉਮੀਦ ਕਰਦੇ ਹਾਂ ਅੱਗੇ ਵਧੋ ਤੇ ਉਹ ਕੰਮ ਵੀ ਕਰੋ ਜਿਹੜੇ ਹੁਣ ਬਾਕੀ ਦੇ ਵੀ ਕਰਨ ਵਾਲੇ ਨੇ ਔਰ ਨਾਲ ਜਿਹੜੇ ਉੱਥੇ ਤੈਨ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਆਵਜ਼ਾ ਦਿਓ ਇਹ ਬਹੁਤ ਜ਼ਰੂਰੀ ਹੈ ਮਾਨ ਸਾਹਿਬ ਕਿਵੇਂ ਦੇ ਦਿਆਂ ਪਹਿਲਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਵੀ ਉੱਥੇ ਟੀਮਾਂ ਪਹੁੰਚਦੀਆਂ ਉੱਥੇ ਵੀ ਰਿਪੋਰਟਸ ਜਿਹੜੀਆਂ ਆਉਂਦੀਆਂ ਕਲੈਕਟ ਕੀਤੀਆਂ ਜਾਂਦੀਆਂ ਉਹਦੇ ਵਿੱਚ ਉਹ ਵੀ ਕਲੀਨ ਚੈਟ ਦੇ ਦਿੰਦੇ ਨੇ ਤੇ ਇਹਦੇ ਵਿੱਚ ਉਹ ਰਿਪੋਰਟ ਆਉਣੀ ਚਾਹੀਦੀ ਸੀ ਔਰ ਉਹ 5 ਹਫ਼ਤਿਆਂ ਚਾਈ 5 ਹਫ਼ਤੇ ਪਤਾ ਕਾਦੇ ਲਈ ਦਿੱਤੇ ਗਏ ਕਿ ਉਹ ਬੰਦਾ ਜੀ ਦੀ ਉਹ ਫੈਕਟਰੀ ਉਹ ਉਸ ਰਿਪੋਰਟ ਨੂੰ ਮੈਨੇਜ ਕਰ ਸਕੇ ਫਿਰ ਉਹ ਗ੍ਰੀਨ ਟਰਬਿਊਨਰ ਦੀ ਰਿਪੋਰਟ ਹੀ ਨਹੀਂ ਸੀ ਗ੍ਰੀਨ ਟਰਬਿਊਨਲ ਤੋਂ ਪੁੱਛਿਆ ਗਿਆ ਉਹਦੇ ਸਾਡੇ ਅਥੋਰਾਈਜ਼ਡ ਬੰਦੇ ਹੀ ਨਹੀਂ ਗਏਗੇ ਸੋ ਉਹ ਗ੍ਰੀਨ ਟਰਬਿਊਨਰ ਦਾ ਤਾਂ ਨਾਮ ਬਦਨਾਮ ਕੀਤਾ ਗਿਆ ਸੈਕੰਡ ਉੱਥੇ ਇਹ ਕਿਹਾ ਗਿਆ ਕਿ ਜੀ ਇੱਕ ਰਿਪੋਰਟ ਜਿਹੜੇ ਪਸ਼ੂ ਮਰੋ ਨੇ ਮਨਸੂਰ ਵਾਲੇ ਦੀਆਂ 70 ਮੱਝਾਂ ਮਰੀਆਂ ਨੇ ਉਹ ਤਾਂ ਨਾਈਟ੍ਰੇਟ ਦੀ ਮਾਤਰਾ ਵਧ ਗਈ ਸੀਗੀ ਪੱਠਿਆਂ ਤੇ ਉਹ ਨਾਈਟ੍ਰੇਟ ਦੀ ਮਾਤਰਾ ਸਿਰਫ ਫੈਕਟਰੀ ਦੇ ਨਾਲ ਲੱਗਦੇ ਖੇਤਾਂ 'ਚ ਹੀ ਵਧੀ ਔਰ ਕੀ ਸਾਬਤ ਹੁੰਦਾ ਕਿ ਉਹ ਗੱਲੀ ਯੂਰੀਆ ਪਾਉਣ ਨਾਲ ਹੀ ਹੋਈ ਹੈ ਫੈਕਟਰੀ ਨੇ ਪ੍ਰੋਡਿਊਸ ਨਹੀਂ ਕੀਤੀ ਔਰ ਬਾਕੀ ਪੰਡ ਨੇ ਯੂਰੀਆ ਪਾਈ ਹੀ ਨਹੀਂ ਪੱਠਿਆਂ ਚ ਸਿਰਫ ਉਹ ਕੁਛਕ ਘਰਾਣੇ ਪਾਈ ਜਿਹੜੀ ਫੈਕਟਰੀ ਨਾਲ ਲੱਗਦੇ ਸੀ ਔਰ ਇਹ ਕਿੱਥੇ ਹੈ ਕਿ ਉਹ ਨਾਈਟ੍ਰੇਟ ਫੈਕਟਰੀ ਨੇ ਪ੍ਰੋਡਿਊਸ ਨਹੀਂ ਕੀਤਾ ਔਰ ਵੈਸੇ ਵੀ ਅਲਕੋਹਲ ਨਾਲ ਜੁੜ ਕੇ ਜਦੋਂ ਤੁਸੀਂ ਇਨਕੁਆਰੀ ਕਰਦੇ ਹੋ ਨਾ ਅਲਕੋਹਲ 15 ਦਿਨਾਂ ਬਾਅਦ ਖਤਮ ਹੋ ਜਾਂਦੀ ਹੈ ਔਰ ਫੈਕਟਰੀ ਨੂੰ ਬੰਦ ਨੂੰ ਸਾਢੇ ਪੰਜ ਮਹੀਨੇ ਹੋ ਗਏ ਹੈ ਤਾਂ ਉਹ ਅਲਕੋਹਲ ਕਿੱਥੋਂ ਆਣੀ ਸੀ ਹਾਂ ਇਥੌਲ ਦਾ ਪਤਾ ਲੱਗਣਾ ਸੀ ਉਹਦੇ ਚ ਉਹ ਦੀ ਜਾਂਚ ਹੀ ਨਹੀਂ ਕੀਤੀ ਗਈ ਸੋ ਹੁਣ ਉਹ ਸੈਂਪਲ ਭਰੇ ਗਏ ਨੇ ਹੁਣ ਉਸ ਤਰ੍ਹਾਂ ਦੀ ਜਾਂਚ ਹੋ ਰਹੀ ਹੈ ਤੇ ਇਹਨਾਂ ਨੇ ਫੈਸਲਾ ਕਰਤਾ ਪਰ ਮੈਂ ਤਾਂ ਹੀ ਕਹਿ ਰਿਹਾ ਗਵਰਨਮੈਂਟ ਨੂੰ ਜਰਾ ਇਹ ਰਿਪੋਰਟਾਂ ਬਾਹਰ ਜ਼ਰੂਰ ਕੱਢਿਓ ਜੇ ਔਰ ਉਹਦੇ ਆਧਾਰ ਤੇ ਇਹਨੂੰ ਜਿਹੜਾ 20 ਕਰੋੜ ਦਿੱਤਾ ਹੈ ਜਾਂ ਜਿਹੜਾ ਇਹਦੇ ਤੇ ਹਰਜਾਨਾ ਪਾਉਣਾ ਹੈ ਉਹਦਾ ਫੈਸਲਾ ਕਰਿਓ ਜੇ ਮਨਸਾ ਦੂਜੇ ਪਾਸੇ ਭਾਰਤ ਤੋਂ ਜਿਹੜੀ ਯਾਤਰਾ ਚੱਲ ਰਹੀ ਹੈ ਕੱਲ ਰਾਹੁਲ ਗਾਂਧੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇੱਕ ਬਿਆਨ ਦਿੱਤਾ ਉਹਨਾਂ ਨੇ ਕਿ ਜਿਹੜਾ ਦਿੱਲੀ ਤੋਂ ਨਹੀਂ ਚੱਲਣਾ ਚਾਹੀਦਾ ਪੰਜਾਬ ਪੰਜਾਬ ਦੇ ਫੈਸਲੇ ਪੰਜਾਬ 'ਚ ਹੀ ਲੈ ਜਾਣ ਉਸ ਤੋਂ ਬਾਅਦ ਹਾਲਾਂਕਿ ਸੀਆ ਮਾਨ ਵੀ ਟਵੀਟ ਕਰਦੇ ਨੇ ਉਹ ਵੀ ਜਿਹੜਾ ਹੈ ਰਾਹੁਲ ਗਾਂਧੀ ਉਹਨਾਂ ਨੂੰ ਬਿਆਨ ਦਾ ਉਸ ਦਾ ਜਵਾਬ ਦਿੰਦੇ ਨੇ ਇਸ ਵੇਲੇ ਵੀ ਇਹ ਅਮਲ ਆਪਦੇ ਤੇ ਕਰ ਲਿਆ ਕਰਨ ਸ਼੍ਰੀ ਰਾਉ ਗਾਂਧੀ ਜੀ ਜਦੋਂ ਇੱਥੇ ਅਮਰਿੰਦਰ ਸਿੰਘ ਤੇ ਚੰਨੀ ਹੋਰਾਂ ਦੀ ਸਰਕਾਰ ਸੀ ਜਾਂ ਪਹਿਲੀਆਂ ਸਰਕਾਰਾਂ ਰਹੀਆਂ ਅਸੀਂ ਮਾਰੇ ਕਿਹੜੀ ਗੱਲ ਦੇ ਆ ਅਸੀਂ ਪੱਟੇ ਕਿਹੜੀ ਗੱਲ ਦੇ ਆ ਜਦੋਂ ਕਾਂਗਰਸ ਦੀ ਸਰਕਾਰ ਦੇ ਮੁੱਖ ਮੰਤਰੀ ਇੱਥੇ ਫੈਸਲਾ ਨਹੀਂ ਲੈਂਦੇ ਸੀ ਦਿੱਲੀ 'ਚ ਲੈਂਦੇ ਸੀ 1955 ਦੇ ਵਿੱਚ ਜਦੋਂ ਰਾਜਸਥਾਨ ਫੀਡਰ ਨਿਕਲੀ ਹੈ ਉਹ ਫੈਸਲਾ ਕੈਰੋਂ ਦੇ ਉੱਤੇ ਥੋਪਿਆ ਗਿਆ ਸੀ 네ਰੂ ਜੀ ਵੱਲੋਂ ਉਸ ਤੋਂ ਬਾਅਦ 1976 'ਚ ਜਿਹੜਾ ਫੈਸਲਾ ਲਿਆ ਗਿਆ ਸਾਡੀਆਂ ਨਹਿਰਾਂ ਬਾਰੇ ਫਿਰ 1981 'ਚ ਦਰਬਾਰਾ ਸਿੰਘ ਨੇ ਬਿਆਨ ਦਿੱਤਾ ਕਿ ਮੇਰੇ ਕੰਨ ਤੇ ਬੰਦੂਖ ਰੱਖ ਕੇ ਫੈਸਲਾ ਕਰਾਇਆ ਗਿਆ ਕਿ ਜਾਂ ਅਸਤੀਫਾ ਦੇ ਜਾ ਆਪਦੇ ਕੇਸ ਜਿਹੜੇ ਤੁਸੀਂ ਨਹਿਰੀ ਪਾਣੀਆਂ ਲਈ ਕੀਤੇ ਵਾਪਸ ਲੈ ਲਓ ਸੁਪਰੀਮ ਕੋਰਟ ਤੋਂ ਉਹ ਕਿਵੇਂ ਹੋਇਆ ਸੀ ਜਾਂ ਐਸਵਾਈਐਲ ਤੇ ਟੱਕ ਲਵਾਉਣਾ ਸੀ ਜਦੋਂ ਉਹ ਫੈਸਲਾ ਕਿੱਥੋਂ ਆਇਆ ਸੀ ਦਿੱਲੀ ਤੋਂ ਸੋ ਦੂਜਿਆਂ ਨੂੰ ਨਸੀਹਤ ਕਰਨ ਤੋਂ ਪਹਿਲਾਂ ਆਪਦੇ ਤੇ ਨਜ਼ਰਸਾਨੀ ਕਰ ਲੋ ਇਹ ਨਾ ਕਹੋ ਜੇ ਪਿਛਲੇ ਕਰ ਗਏ ਫਿਰ ਪਿਛਲੇ ਕਰ ਗਏ ਤਾਂ ਉਹਨਾਂ ਦੀ ਆਲੋਚਨਾ ਕਰੋ ਉਹ ਗਲਤ ਸੀ ਬੋਲਦੇ ਕਿਉਂ ਨਹੀਂ ਔਰ ਹੁਣੇ ਜਿਹੜੀ ਸਰਕਾਰ ਪਿਛਲੀ ਗਈ ਉਹਦੇ ਫੈਸਲੇ ਕਿੱਥੋਂ ਹੁੰਦੇ ਸੀ ਨਹੀਂ ਜੀ ਅਸੀਂ ਸਾਰਿਆਂ ਨੇ ਅਧਿਕਾਰ ਦਿੱਤਾ ਹੁਣ ਹਾਈ ਕਮਾਂਡ ਫੈਸਲਾ ਕਰੂਗਾ ਹਾਈ ਕਮਾਂਡ ਅਗੋ ਕਿਹੜੇ ਚੰਦ ਚਾੜਦਾ ਸੀ ਮੈਂ ਤੁਹਾਨੂੰ ਦੱਸ ਤਿਆ ਸਾਨੂੰ ਆ 84 ਤੇ ਸਾਰਾ ਕੁਝ ਨਾ ਪੁਕਤ ਨਾ ਪੈਂਦਾ ਮਾਨ ਸਾਹਿਬ ਕਿਤਨਾ ਕਿਤੇ ਸਿਆਸੀ ਗਲਿਆਰਾਂ ਦੇ ਵਿੱਚ ਇਹ ਵੀ ਚਰਚਾ ਚੱਲ ਪਈ ਹੈ ਕਿ ਜਲੰਧਰ ਦੀ ਉਹ ਬਾਇ ਇਲੈਕਸ਼ਨ ਆ ਰਹੀ ਹੈ ਹਾਲਾਂਕਿ ਇਹ ਇੱਕ ਈਜ਼ੀ ਸਟੈਪ ਹੋਊਗਾ ਜੀ ਅੱਜ ਗੱਲ ਕਰਦੇ ਆ ਪਰ ਜਿਹੜਾ ਸਿਆਸੀ ਪੋਲਿਟਿਕਸ ਜਿਹੜੀ ਹੈ ਉਹੀ ਗੱਲ ਹੈ ਕਿ ਪਰਸੈਪਸ਼ਨ ਤੇ ਆਧਾਰਿਤ ਹੈ ਤਾਂ ਹੁਣ ਲੱਗਦਾ ਨਾ ਇਲੈਕਸ਼ਨ ਇੱਥੇ ਸਾਲ ਕ ਬਾਅਦ ਹੋ ਜਾਇਆ ਕਰਨ ਸ਼ਾਇਦ ਇਸੇ ਕਰਕੇ ਇਹ ਕੰਮ-ਕੰਮ ਕਰ ਲੈਣਗੇ ਚਾਹੇ ਸੈਂਟਰ ਦੇ ਹੋਣ ਚਾਹੇ ਸਟੇਟ ਦੇ ਹੋਣ ਜਦੋਂ ਇਲੈਕਸ਼ਨ ਆਉਣ ਵਾਲੇ ਹੁੰਦੇ ਉਦੋਂ ਭੱਜ ਪੈਂਦੇ ਆ ਉਦੋਂ ਇਹਨਾਂ ਨੂੰ ਲੋਕਾਂ ਦੀ ਚਿੰਤਾ ਚਤਾ ਕਹਿੰਦੇ ਹੁੰਦੇ ਨਾ ਸਤਾਉਣ ਲੱਗ ਪੈਂਦੀ ਹੈ ਪਹਿਲਾਂ ਕਿਉਂ ਨਹੀਂ ਪਹਿਲਾਂ ਕਿਉਂ ਨਹੀਂ ਅਸੀਂ ਉਹੋ ਜੀ ਸਰਕਾਰ ਚਾਹੁੰਦੇ ਔਰ ਮੈਂ ਲੋਕਾਂ ਨੂੰ ਵੀ ਕਹਾਂਗਾ ਕਿ ਨਿਰੰਤਰ ਉਹੋ ਜੇ ਬਦਲਾਵ ਵੱਲ ਵਧੋ ਜਿਹੜੀ ਸਰਕਾਰ ਇਲੈਕਸ਼ਨਾਂ ਵੱਲ ਵੇਖ ਕੇ ਕੰਮ ਨਾ ਕਰੇ ਬਲਕਿ ਕੰਮ ਕਰਦੀ ਹੋਈ ਚੱਲੇ ਚਾਹੇ ਉਹ ਪਹਿਲਾ ਦਿਨ ਹੋਵੇ ਉਹ ਦਾ ਚਾਹੇ ਉਹ ਆਖੀਰਲਾ ਦਿਨ ਹੋਵੇ ਇਲੈਕਸ਼ਨਾਂ ਤੋਂ ਪਹਿਲਾਂ ਵਾਲਾ ਉਹ ਕੰਟੀਨਿਊਸਲੀ ਲੋਕਾਂ ਦੀ ਫੀਲ ਨੂੰ ਸਮਝੇ ਔਰ ਉਹ ਕੰਮ ਜਿਹੜੇ ਅੰਦੋਲਨਾਂ ਨਾਲ ਮੋਰਚਿਆਂ ਨਾਲ ਅਸੀਂ ਰੌਲਾ ਪਾ ਕੇ ਕਰਾਉਣੇ ਆ ਉਹ ਖੁਦ ਇਨੀਸ਼ੀਏਟਿਵ ਲੈ ਕੇ ਪਹਿਲਾਂ ਕਰ ਦੇ ਤਾਂ ਅਸੀਂ ਫਿਰ ਮੰਨਾਂਗੇ ਇਹ ਸਾਡੀ ਸਰਕਾਰ ਆ ਸੀਮਾਨ ਹੋਣਾ ਦੇ ਸਾਰੀ ਕੈਬਨਟ ਜਿਹੜੇ ਮਿਨਿਸਟਰ ਉੱਤੇ ਪਹੁੰਚਦੇ ਜਦੋਂ ਵੀ ਕੁਲਦੀਪ ਢਾਲੀਵਾਲ ਹੁਣੀ ਵੀ ਪਹੁੰਚਦੇ ਸੀ ਅਮਨ ਅਰੋੜਾ ਉਹਨਾਂ ਨੇ ਵੀ ਜਿਹੜਾ ਇੱਕ ਬਿਆਨ ਦਿੱਤਾ ਉਹ ਕਹਿੰਦੇ ਸੀ ਕਿ ਜਿਹੜਾ ਇੱਥੇ ਪਾਣੀ ਗੰਦਲਾ ਹੋ ਰਿਹਾ ਉਹ ਫੈਕਟਰੀ ਦੇ ਕਾਰਨ ਨਹੀਂ ਹੋ ਰਿਹਾਗਾ ਕਿਤੇ ਉਹਨਾਂ ਨੂੰ ਚਾਹੀਦਾ ਜਿਹੜੇ ਉਹ ਆਂਦੇ ਸੀ ਨਾ ਇਹ ਪਾਣੀ ਗੰਦਲਾ ਸਾਡਾ ਉਹਦੇ ਕਰਕੇ ਨਹੀਂ ਹੋ ਰਿਹਾ ਇਹ ਤਾਂ ਨਜਾਇਜ਼ ਬੈਠੇ ਨੇ ਇਹ ਤਾਂ ਧਰਨਾ ਹੀ ਗਲਤ ਹੈ ਉਹਨਾਂ ਨੂੰ ਉਹਨਾਂ ਤੋਂ ਪੁੱਛਣਾ ਚਾਹੀਦਾ ਹੁਣ ਦੱਸੋ ਕਿਵੇਂ ਗਲਤ ਕੌਣ ਸੀ ਪਤਾ ਕਾਰਨ ਕੀ ਹੈ ਅੱਖਾਂ ਬੰਦ ਕਰ ਲੈਂਦੇ ਨੇ ਓਏ ਉੱਥੇ ਮਨਸੂਰ ਵਾਲੇ 70 ਮੱਝਾਂ ਮਰੀਆਂ ਸੋਡੀ ਵਾਲੇ ਕਾਲਾ ਪਾਣੀ ਨਿਕਲਿਆ ਉੱਥੇ ਮਈਆਂ ਵਾਲੇ ਲਾਹਨਰਗਾ ਪਾਣੀ ਨਿਕਲਿਆ ਤੇ ਨਾਲ ਹੀ ਅਸੀਂ ਇਹ ਪੁੱਛਿਆ ਵਾਰ-ਵਾਰ ਕਿ ਇੱਥੇ ਪਾਣੀ ਮਿੱਠਾ ਹੁੰਦਾ ਸੀ 2.5 ਸਾਲ ਪਹਿਲਾਂ ਜਿਹੜੇ ਬੰਦਿਆਂ ਨੇ ਉੱਥੇ ਬੋਰ ਕੀਤੇ ਆ ਮਿੱਠਾ ਪਾਣੀ ਹੁੰਦਾ ਓਹ ਸਡਨਲੀ ਇਸ ਤਰ੍ਹਾਂ ਦਾ ਖਰਾਬ ਕਿਵੇਂ ਹੋ ਗਿਆ ਜਾਂ ਤਾਂ ਕੋਈ ਹੋਰ ਆਫਤ ਦੱਸ ਦਿਓ ਜਿਹੜੀ ਪੈ ਗਈ ਹੈ ਇਹ ਫੈਕਟਰੀ ਪ੍ਰੋਡਿਊਸ ਕਰ ਰਹੀ ਹੈ ਫੈਕਟਰੀ ਚੋਂ ਪਾਣੀ ਕੱਢ ਕੇ ਉੱਥੇ ਨਾ ਇੱਕ ਜੀਰਾ ਮਿੱਲ ਦੀ ਜਗ੍ਹਾ ਸੀ ਉਹਨਾਂ 50 ਕਿੱਲਿਆਂ ਦੇ ਪਾਣੀ ਸਿੱਟਿਆ ਜਾਂਦਾ ਹੀ ਉਹ ਜ਼ਮੀਨ ਸਾੜਦੀ ਉਸ ਪਾਣੀ ਨੇ ਫੇਰ ਇਹਨਾਂ ਨੇ ਉਹ ਵੇਸਟੇਜ ਜਿਹੜੀ 40 ਤੋਂ 50 ਲੱਖ ਲੀਟਰ ਦੀ ਬੰਦੀ ਸੀ ਉਹ ਕਿੱਥੇ ਜਾਂਦੀ ਸੀ ਉਹ ਪਾਣੀ ਵਿੱਚ ਬੋਰ ਕੀਤੇ ਸੱਤ ਬੋਰ ਉਹ ਥੱਲੇ ਪਾਉਂਦੇ ਸੀ ਉਹ ਪਾਣੀ ਥੱਲੇ ਫੈਲਦਾ 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 ਫਾਈਨਲੀ ਫੈਲ ਗਿਆ ਔਰ ਉਹ ਪਾਣੀ ਥੱਲੋਂ ਗਲਤ ਆਉਣ ਲੱਗ ਗਿਆ ਖਰਾਬ ਆਉਣ ਲੱਗ ਗਿਆ ਇਸ ਕਰਕੇ ਲੋਕ ਰੌੜਾ ਪਾਉਂਦੇ ਸੀ ਇਹ ਸਿੱਧਾ ਜਿਹਾ ਲੌਜੀਕ ਇਹਨਾਂ ਦੇ ਸਮਝ ਨਹੀਂ ਆਇਆ ਸਰਕਾਰ ਵਾਲਿਆਂ ਦੇ ਹੁਣ ਆ ਗਿਆ ਕਿਉਂਕਿ ਜਦੋਂ ਦੇਖੋ ਸਾਡੇ ਪੰਜਾਬੀ ਕੀ ਨੇ ਨਾ ਇਹ ਤੁਰਦੇ ਨਹੀਂ ਤੁਰਪੈਣ ਤਾਂ ਇਹ ਮੁੜਦੇ ਨਹੀਂ ਹੁਣ ਮੁੜਨਾ ਨਹੀਂ ਸੀ ਇਹਨਾਂ ਨੂੰ ਸਮਝ ਆ ਗਿਆ ਪਰ ਫਿਰ ਵੀ ਮੈਂ ਕਹੂੰਗਾ देर आए दुरुਸਤ ਆਈ ਮੁੱਖ ਮੰਤਰੀ ਤੋਂ ਮੈਨੂੰ ਐਟ ਲੀਸਟ ਇਹ ਉਮੀਦ ਹੈਗੀ ਹੈ ਕਿ ਉਹ ਇਹ ਲੋਕ ਹਿੱਤ ਦੇ ਵਿੱਚ ਫੈਸਲੇ ਲੈਣਗੇ ਪਰ ਇਹ ਕੰਮ ਮਾੜਾ ਜਾਂ ਪਹਿਲਾਂ ਕਰ ਲਿਆ ਕਰੋ ਮੱਤੇਵਾੜਾ ਵੇਲੇ ਵੀ ਜਦੋਂ ਰੌਲਾ ਪਿਆ ਤੁਸੀਂ ਉਦੋਂ ਕੀਤਾ ਇੱਥੇ ਵੀ ਤੁਸੀਂ ਉਦੋਂ ਕੀਤਾ ਥੋੜਾ ਜਿਹਾ ਪਹਿਲਾਂ ਕਰ ਲਿਆ ਕਰੋ ਰੈ ਲੈ ਲਿਆ ਕੁਝ ਲੋਕਾਂ ਤੋਂ ਔਰ ਲੋਕਾਂ ਦੇ ਲੋਕਾਂ ਨਾਲ ਨਾ ਸਮਝੋ ਕਿ ਇਹਦੇ ਤੋਂ ਵੋਟਾਂ ਮਿਲ ਨਹੀਂ ਆ ਬਲਕਿ ਉਥੋਂ ਦੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ ਤੋ ਉਹਨੂੰ ਦੇਖ ਲਿਆ ਕਰੋ ਸਰਬ ਇੱਕ ਗੱਦੇ ਵਿੱਚ ਇੱਕ ਉਹ ਵੀ ਗੱਲ ਹੈ ਕਿ ਜਦੋਂ 2013 ਦੇ ਵਿੱਚ ਯਾਦ ਹੋਇਆ ਆਪਾਂ ਨੂੰ ਜੋ ਧੋਲੇ ਫੈਕਟਰੀ ਲੱਗਦੀ ਹੈ ਟਰਾਈਡੈਂਟ ਤਾਂ ਉਦੋਂ ਵੀ ਬੜਾ ਉੱਥੇ ਮਾਮਲਾ ਉਲਝਿਆ ਸੀ ਤੇ ਪਰ ਉਦੋਂ ਜਿਹੜਾ ਉਲਟਾ 103 ਏਕੜ ਹਾਲਾਂਕਿ ਕਿੱਲੇ ਜਿਹੜੇ ਸੀ ਰਿਕੁਆਇਰ ਕਰ ਲਏ ਸੀ ਤੇ ਨਾਮ ਲਾਂਬੰਦੀ ਕਰ ਲਈ ਸਾਰੇ ਪਿੰਡਾਂ ਦੇ ਲੋਕਾਂ ਨੇ ਆ ਕੇ ਸੜਕਾਂ ਤੇ ਪਰ ਉਸ ਤੋਂ ਬਾਅਦ ਉੱਥੇ ਲਾਠੀ ਚਾਰਜ ਕੀਤਾ ਗਿਆ ਸੀ ਤੇ ਦੂਜੇ ਪਾਸੇ ਜਿਹੜਾ ਹੁਣ ਆਪਾਂ ਦੇ ਦੇ ਇੱਕ ਮੱਤੇਵਾੜਾ ਡਿਸੀਜਨ ਹੋ ਗਿਆ ਤੇ ਦੂਸਰੇ ਪਾਸੇ ਜਿਹੜਾ ਹੁਣ ਜੀਰਾ ਮੋਰਚੇ ਨੂੰ ਲੈ ਕੇ ਡਿਸੀਜਨ ਲਿਆ ਗਿਆ ਕਿਤੇ ਨਾ ਕਿਤੇ ਲੋਕਾਂ ਦੀ ਭਲਾਈ ਦੇ ਲਈ ਇਹ ਫੈਸਲਾ ਨਹੀਂ ਲੈਣਾ ਸੀ ਇਹ ਉਹਨਾਂ ਦੇ ਮੁਕਾਬਲੇ ਕੁਝ ਬਿਹਤਰ ਨੇ ਪਰ ਸਾਨੂੰ ਜ਼ਿਆਦਾ ਬਿਹਤਰ ਚਾਹੀਦੇ ਨੇ ਅਸੀਂ ਬਹੁਤ ਉਮੀਦਾਂ ਨਾਲ ਇਹ ਚੁਣੇ ਸੀ ਸਾਨੂੰ ਬਹੁਤ ਜ਼ਿਆਦਾ ਬਿਹਤਰ ਚਾਹੀਦੇ ਨੇ ਇਸੇ ਲਈ ਮੈਂ ਕਹਾਂ ਨਿਰੰਤਰ ਬਦਲਾਵ ਲਵਦੋ ਨਿਰੰਤਰ ਬਦਲਾਵ ਦਾ ਕੀ ਮਸਲਾ ਹੁੰਦਾ ਹੈ ਕਿ ਜਿਹੋ ਜੇ ਸਾਡੇ ਖਾਬੋ ਖਿਆਲ ਚ ਸਰਕਾਰਾਂ ਨੇ ਜਾਂ ਵੈਸਟਰਨ ਮੁਲਕਾਂ ਚ ਸਰਕਾਰਾਂ ਨੇ ਉਧਰ ਨੂੰ ਵਧਣਾ ਪਊਗਾ ਜੇ ਆਪ ਨਹੀਂ ਕਰਨਗੇ ਤਾਂ ਅਸੀਂ ਕਰਵਾਵਾਂਗੇ ਖੜ ਕੇ ਰੌਲਾ ਪਾ ਕੇ ਕਰਵਾਵਾਂਗੇ ਇਹ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਉਹਦੇ ਨਾਲ ਹੀ ਮਨੁੱਖਤਾ ਦਾ ਫਾਇਦਾ ਆਊਗਾ ਯਾਰ ਹੋ ਨਹੀਂ ਹੋਣਾਗਾ ਇੱਕ ਕਿਸਾਨ ਅੰਦੋਲਨ ਨੇ ਜਾਗ ਲਾਤੀ ਹੈ ਕਿਸਾਨ ਅੰਦੋਲਨ ਤੋਂ ਬਾਅਦ ਅਸੀਂ ਸਿੱਖ ਗਏ ਆ ਕਿ ਜੇ ਇਹ ਨਹੀਂ ਮੰਨਦੇ ਤਾਂ ਅਸੀਂ ਮੰਨਵਾ ਕੇ ਛੱਡਾਂਗੇ ਥੌਣ ਤੇ ਗੋਡਾ ਰੱਖ ਕੇ ਸਹੀ ਚਾਹੀ 2024 ਦੀਆਂ ਇਲੈਕਸ਼ਨ ਦੇ ਵਿੱਚ ਫਰਕ ਪਾਊਗਾ ਇਹਦਾ ਉਹ ਇਹ ਜਾਣਨ ਮੈਨੂੰ ਇਲੈਕਸ਼ਨਾਂ ਦਾ ਕੋਈ ਲੈਣਾ ਦੇਣਾ ਨਹੀਂ ਮੈਂ ਤਾਂ ਇਹ ਕਹੂੰਗਾ ਕਿ ਭਾਈ ਪਹਿਲਾ ਦਿਨ ਹੋਵੇ ਇਲੈਕਸ਼ਨਾਂ ਤੋਂ ਪਹਿਲਾ ਦਿਨ ਤੇ ਚਾਹੀਏ ਲੋ ਇਲੈਕਸ਼ਨਾਂ ਤੋਂ ਪਹਿਲਾਂ ਦਾ ਹੁੰਦਾ ਇੱਕ ਪਹਿਲਾ ਦਿਨ ਆਖਰੀ ਦਿਨ ਹੋਵੇ ਸਾਨੂੰ ਆਈ ਉੱਠਣਾ ਪਊਗਾ ਜੇ ਇਹ ਨਹੀਂ ਮੰਨਣਗੇ ਤਾਂ ਅਸੀਂ ਮਨਵਾਵਾਂਗੇ ਇਹਨਾਂ ਨੂੰ ਫਾਇਦਾ ਹੁੰਦਾ ਹੈ ਨੁਕਸਾਨ ਹੁੰਦਾ ਹੈ ਇਹ ਜਾਣਨ ਪਰ ਹਾਂ ਵੋਟ ਦੀ ਚੋਟ ਦਾ ਅਸਰ ਬਹੁਤ ਹੁੰਦਾ ਹੈ ਜਦੋਂ ਇਹਨਾਂ ਨੂੰ ਲੱਗਦਾ ਸਾਡੀਆਂ ਵੋਟਾਂ ਗਈਆਂ ਤਾਂ ਕੋਈ ਵੀ ਸਰਕਾਰ ਹੋਵੇ ਉਹ ਰੌਲਾ ਪਾਉਣ ਲੱਗ ਪੈਂਦੀ ਜਾਗ ਜਾਂਦੀ ਹੈ ਤੇ ਵੋਟਾਂ ਇਹਨਾਂ ਨੂੰ 5 ਸਾਲ ਬਾਅਦ ਚਾਹੀਦੀਆਂ ਹੁੰਦੀਆਂ ਪਰ ਕੋਈ ਗੱਲ ਨਹੀਂ ਅਸੀਂ ਯਾਦ ਰੱਖਾਂਗੇ ਕਿ ਇਹਨਾਂ ਨੇ ਪਹਿਲੇ ਦਿਨ ਗੱਲ ਕੀਤੀ ਸੀ ਮੰਨ ਕੇ ਜਾਂ ਆਖਰੀ ਦਿਨ ਕੀਤੀ ਸੀ ਇਹ ਲੋਕ ਹੁਣ ਯਾਦ ਰੱਖਣ ਲੱਗ ਗਏ ਨੇ ਕਿ ਵੋਟਾਂ ਦੇ ਡਰ ਕਰਕੇ ਐ ਜਾਂ ਅੰਦਰੋਂ ਸੁਹਿਰਦ ਨਹੀਂ ਲੋਕਾਂ ਦਾ ਦਰਦ ਜਾਗ ਪਿਆ ਹੈ ਇਹ ਗੱਲ ਦਾ ਸਾਨੂੰ ਜ਼ਰੂਰ ਪਤਾ ਹੈ ਲੋਕਾਂ ਨੂੰ ਜ਼ਰੂਰ ਪਤਾ ਹੈ ਮੈਨੂੰ ਲੱਗਦਾ ਇਸ ਗੱਲ ਨੂੰ ਇਹ ਵੀ ਸਮਝ ਲੈਣ ਕੇ ਲੋਕ ਹੁਣ ਜਾਗ ਚੁੱਕੇ ਨੇ ਇਹਨਾਂ ਦੀਆਂ ਜਿਹੜੀਆਂ ਚਾਲਾਂ ਹੁੰਦੀਆਂ ਨਾ ਕਿ ਵੋਟਾਂ ਦੇ ਕੋਲੇ ਜਾ ਕੇ ਕਰ ਲੋ ਉਹ ਜ਼ਿਆਦਾ ਮਫੀਦ ਜਾਂ ਇਹ ਜ਼ਿਆਦਾ ਕਾਮਯਾਬ ਨਹੀਂ ਹੋਣੀਆਂ ਹੁਣ ਵੀ ਚਾਲ ਲੱਗਦੀ ਹੈ ਹਾਂਜੀ ਹੁਣ ਵੀ ਚਾਹ ਲੱਗਦੀ ਹੈ ਵੋਟ ਨਹੀਂ ਹੁਣ ਇਹਨਾਂ ਨੂੰ ਮਜਬੂਰੀ ਹੋ ਗਈ ਸੀ ਹੁਣ ਕਰਨਾ ਹੀ ਪੈਣਾ ਸੀ ਪੰਜਾਬ ਜਾਗ ਪਿਆ ਸੀ ਸਾਰਾ ਪੰਜਾਬ ਉੱਥੇ ਪਹੁੰਚ ਵੀ ਗਿਆ ਸੀ ਔਰ ਰਿਪੋਰਟਾਂ ਵੀ ਲੈ ਲੀਆਂ ਸੀ ਇਹਨਾਂ ਨੇ ਨਵੀਆਂ ਸੈਂਪਲ ਭਰੇ ਸੀ ਉਹਨਾਂ ਸੈਂਪਲਾਂ ਦੇ ਰਿਜ਼ਲਟ ਵੀ ਆ ਗਏ ਨੇ ਕਿਉਂਕਿ ਉਹ ਸੈਂਪਲਸ ਦਾ ਰਿਜ਼ਲਟ 25 ਤਰੀਕ ਤੱਕ ਆਉਣਾ ਸੀਗਾ ਲੇਟ ਤੋਂ ਲੇਟ 25 ਜਾਂ 20 ਤੱਕ ਅੱਜ ਆਲਰੇਡੀ 17 ਤਾਰੀਖ ਹੈਗੀ ਹੈ ਇਹਨਾਂ ਨੇ ਉਹ ਸੈਂਪਲ ਦੇਖ ਲਏ ਨੇ ਉਹਨਾਂ ਦੀ ਰਿਪੋਰਟਸ ਆ ਗਈਆਂ ਨੇ ਜਾਂ ਰਿਪੋਰਟਾਂ ਤੋਂ ਪਹਿਲਾਂ ਇਹਨਾਂ ਨੂੰ ਖਬਰ ਹੋ ਗਈ ਹੈ ਕਿ ਹਾਂ ਯਾਰ ਵਾਕੇ ਹੀ ਫੈਕਟਰੀ ਗੰਦ ਪਾ ਰਹੀ ਸੀ ਤਾਂ ਇਹਨਾਂ ਨੇ ਇਹ ਫੈਸਲਾ ਲਿਆ ਫਿਰ ਵੀ ਮੈਂ ਆਣਾ ਚੰਗਾ ਹੈ ਫਿਰ ਵੀ ਥੈਂਕ ਯੂ ਵੈਰੀ ਮਚ ਮਿਹਰਬਾਨੀ ਕਿਉਂਕਿ ਜੇ ਪਹਿਲੇ ਹੁੰਦੇ ਉਹਨਾਂ ਨੇ ਤਾਂ ਇਹ ਇਹ ਵੀ ਨਜ਼ਰ ਤੁਸੀਂ ਇੱਕ ਕਮਾਲ ਦੀ ਗੱਲ ਵੇਖੋ ਸਰਕਾਰ ਤਾਂ ਚਲੋ ਜੋ ਵੀ ਰੀਜ਼ਨ ਸੀ ਉਹ ਕਰੀ ਰਹੀ ਸੀ ਉਹ ਤਾਂ ਉਹਨਾਂ ਦੇ ਮੰਤਰੀ ਵੀ ਬੋਲੇ اپੋਜੀਸ਼ਨ ਕਿਉਂ ਨਹੀਂ ਬੋਲ ਰਹੀ ਸੀ ਕਿਉਂਕਿ ਇੱਕ ਪਾਰਟੀ ਵੱਲੋਂ ਉਹ ਬੰਦਾ ਖੜਾ ਹੋ ਕੇ ਜਿੱਤਿਆ ਸੀ ਦੀਪ ਮਲੋਤਰਾ ਦੂਜੀ ਪਾਰਟੀ ਦੇ ਉੱਥੇ ਹੀ ਅਗਲੀ ਵਾਰੀ ਦੇ ਇਲੈਕਸ਼ਨ ਸੀ ਜਦੋਂ ਫਰੀਦਕੋਟ ਦੇ ਤਾਂ ਉਸ ਐਮਐਲਏ ਨੂੰ ਉਹਨੇ ਜਿਤਾਇਆ ਸੀਗਾ ਦੋਨੇ ਪਾਰਟੀਆਂ ਨਾਲ ਗਾਂਠ-ਸਾਂਠ ਸੀ ਤੀਜੀ ਨਾਲ ਤਾਂ ਪ੍ਰੈਜ਼ੈਂਟ ਨਾਲ ਲੱਗ ਗਈ ਸੀ ਤਿੰਨੇ ਪਾਰਟੀਆਂ ਨੂੰ ਮੈਨੇਜ ਕਰ ਰਿਆ ਸੀਗਾ ਦੈਟਸ ði ਰੀਜ਼ਨ ਇਹ ਤਰਾਸ ਦੀ ਹੈ ਸਾਡੀ ਤੁਸੀਂ ਕਹ ਲਓ ਬਦਕਿਸਮਤੀ ਹੈ ਕਿ ਪੈਸੇ ਵਾਲਾ ਬੰਦਾ ਤਾਂ ਯਾਰ ਗਾਂਟ-ਸਾਂਟ ਕਰ ਲੂਗਾ ਇਹ ਆਮ ਲੋਕ ਕੀ ਕਰਨਗੇ ਵਿਚਾਰੇ ਜਿਹੜਾ ਉੱਥੇ ਸੰਦੀਪ ਸਿੰਘ ਮਰ ਗਿਆ ਉਹ ਕੀ ਕਰੂਗਾ ਵਿਚਾਰਾ ਸੋ ਹੁਣ ਉਹਨੂੰ ਮੁਆਵਜ਼ਾ ਦੇਣ ਔਰ ਇਹਦੇ ਤੋਂ 20 ਕਰੋੜ ਵਾਪਸ ਲੈਣ ਤੇ ਇਹਦੇ ਤੇ ਹਰਜਾਨਾ ਠੋਪਣ ਇਹਨਾਂ ਦੇ ਵੱਸ ਦੀ ਗੱਲ ਨਹੀਂ ਤਾਂ ਕੋਰਟ ਦੇ ਵਿੱਚ ਜਾਵੇ ਸਰਕਾਰ ਜਿੰਨਾ ਸਾਡੇ ਉਲਟ ਜਾ ਰਹੇ ਸੀ ਇਹਨਾਂ ਦੇ ਉਲਟ ਵੀ ਜਾਵੇ ਜਦੋਂ ਉਹਨਾਂ ਨੇ ਵੇਖ ਲਿਆ ਲ ਵੀ ਇਹ ਗਲਤ ਹੈ ਵਾਤਾਵਰਨ ਨੂੰ ਦੂਸ਼ਿਤ ਕਰ ਰਿਹਾ ਹੈ ਤਾਂ 20 ਕਰੋੜ ਕਿਹੜੀ ਗੱਲ ਦਾ ਇਨਾ ਤੇ ਜੁਰਮਾਨਾ ਲਾਉਣਾ ਚਾਹੀਦਾ ਸੋ ਆਈ ਹੋਪ ਇਹ ਲਾਉਣਗੇ ਮਾਨ ਸਾਹਿਬ ਆਖਰੀ ਸਵਾਲ ਹੈ ਕਿ ਮੋਹੱਲੀ ਦੇ ਵਿੱਚ ਹੁਣ ਵੀ ਤੰਨਾ ਲੱਗਿਆ ਹੋਇਆ ਹੈਗਾ ਬੰਦੀ ਸਿੰਘਾਂ ਨੂੰ ਲੈ ਕੇ ਇਨਸਾਫ ਮੋਰਚੇ ਦੇ ਵੱਲੋਂ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਇਹ ਇਹਨਾਂ ਨੂੰ ਅਪੀਲ ਹੈ ਕਿ ਤੁਸੀਂ ਸਾਰੀਆਂ ਮੰਗਾ ਤਾਂ ਨਹੀਂ ਮੰਨ ਸਕਦੇ ਕਿ ਕਿਉਂਕਿ ਤੁਹਾਡੇ ਹੱਥ 'ਚ ਨਹੀਂ ਗਿਆ ਬਹੁਤ ਸਾਰੀਆਂ ਸੈਂਟਰ ਦੇ ਹੱਥ 'ਚ ਨਹੀਂ ਪਰ ਜਿਹੜੀਆਂ ਤੁਹਾਡੇ ਹੱਥ 'ਚ ਨਹੀਂ ਜਥੇਦਾਰ ਹੁਰਮ ਹਵਾਰਾ ਉਰਾਂ ਵਿਰੋਧ ਇਹਨਾਂ ਨੇ ਇੱਥੇ ਇੱਕ ਕੇਸ ਦਰਜ ਕੀਤਾ ਹੋਇਆ ਮੋਹੱਲੀ 'ਚ ਉਹ ਕੇਸ ਨੂੰ ਵਾਪਸ ਲਿਆ ਜਾਵੇ ਕਿਉਂਕਿ ਉਹ ਉਹਨਾਂ ਦੀ ਪਰ ਰੋਲ ਨਹੀਂ ਹੋਣ ਦੇ ਰਿਹਾਗਾ ਕੀਤਾ ਵੀ ਇਸੇ ਮਨਚਾ ਨਾਲ ਹੈ ਕਿ ਉਹਨਾਂ ਦੀ ਪਰ ਰੋਲ ਨਾ ਹੋਵੇ ਫਿਰ ਉਹਨਾਂ ਨੂੰ ਤਬਦੀਲ ਇੱਥੇ ਕੀਤਾ ਜਾਵੇ ਉਹਦੇ ਚ ਪੰਜਾਬ ਗਵਰਨਮੈਂਟ ਦਾ ਨਹੀਂ ਦਿੱਲੀ ਗਵਰਨਮੈਂਟ ਦਾ ਹਾਂ ਤਾਂ ਲੋਕਲ ਦਿੱਲੀ ਗਵਰਨਮੈਂਟ ਦਾ ਉਹ ਕਰੇ ਪ੍ਰੋਫੈਸਰ ਫੁੱਲ ਭੁੱਲ ਰਹਣਾਂ ਦੀ ਰਿਹਾਈ ਰੁਕੀ ਹੋਈ ਹੈ ਕਿ ਇਹਨਾਂ ਦਾ ਜਿਹੜਾ ਬੋਰਡ ਬਣਿਆ ਉਹਦੀਆਂ ਰეკਮੈਂਡੇਸ਼ਨ ਨਹੀਂ ਅਜੇ ਹੋਈਆਂ ਗਈਆਂ ਉਹ ਦਿੱਲੀ ਗਵਰਨਮੈਂਟ ਦੇ ਹੱਥ ਚ ਆ ਉਹ ਕੀਤਾ ਜਾਵੇ ਜਿੰਨੇ ਕੰਮ ਇਹ ਕਰ ਸਕਦੇ ਨੇ 328 ਸਰੂਪਾਂ ਦੀ ਚੋਰੀ ਹੈ ਬਾਈਬਲ ਦੀ ਚਲਾਨ ਪੇਸ਼ ਕਰਨਾ ਹੈ ਨਵੇਂ ਨਾਂ ਐਡੀਸ਼ਨ ਕਰਨੇ ਆ ਉਹਦੇ ਚ ਇਹ ਚੀਜ਼ਾਂ ਇਹਨਾਂ ਦੇ ਹੱਥ ਵਿੱਚ ਨਹੀਂ ਇਹ ਕੀਤੀਆਂ ਜਾਣ ਜਲਦੀ ਇਹ ਸਾਡੀ ਉਮੀਦ ਹੈ ਔਰ ਇੱਕ ਸਭ ਤੋਂ ਅਹਿਮ ਬੰਦੀ ਸਿੰਘਾਂ ਦੀ ਰਿਹਾਈ ਲਈ ਮਤਾ ਪਾਇਆ ਜਾਵੇ 8 ਸਾਲ ਪਹਿਲਾਂ ਤਮਨ ਲਾਡੂ ਨੇ ਮਤਾ ਪਾਤਾ ਸੀ ਕਿ ਰਜੀਵ ਗਾਂਧੀ ਦੇ ਜਿਹੜੇ ਵੀ ਮਾਰਨ ਵਾਲੇ ਆ ਉਹਨਾਂ ਨੂੰ ਛੱਡਿਆ ਜਾਵੇ ਤਾਂ ਸਾਡੇ ਬੰਦੀ ਸਿੰਘਾਂ ਲਈ ਇਹ ਮਤਾ ਕਿਉਂ ਨਹੀਂ ਪੈ ਸਕਦਾ ਜਿਨ੍ਹਾਂ ਲਈ ਇੰਨੀ ਇੱਜ਼ਤ ਹੈ ਆਵਾਮ ਦੇ ਦਿਲ 'ਚ ਉਹਨਾਂ ਨੇ ਤਾਂ ਸ਼੍ਰੀਲੰਕਾ ਵਾਲਾ ਬੰਦਾ ਵੀ ਵਿੱਚ ਆ ਉਹਦੇ ਲਈ ਵੀ ਮਤਾ ਪਤਾ ਇਹ ਤਾਂ ਧਰਤੀ ਦੇ ਪੁੱਤ ਨੇ ਇਹਨਾਂ ਲਈ ਕਿਉਂ ਨਹੀਂ ਪੈ ਰਿਹਾਗਾ ਮਤਾ ਆਕੇ ਵੇਖ ਲਓ ਆਵਾਮ ਦੇ ਦਿਲਾਂ 'ਚ ਕਿੰਨੀ ਇੱਜ਼ਤ ਹੈ ਜਨਤਾ ਕਿੰਨਾ ਪਿਆਰ ਕਰਦੀ ਹੈ ਉਹਨਾਂ ਨੂੰ ਸੋ ਇਹਨਾਂ ਨੂੰ ਇਹ ਚੀਜ਼ਾਂ ਪਹਿਲੇ ਹੀ ਕਰ ਲੈਣੀਆਂ ਚਾਹੀਦੀਆਂ ਨਾਲ ਨਾਲ ਨਹਿਰਾਂ ਵਾਲਾ ਮੌਸਲਾ ਬਹੁਤ ਜ਼ਰੂਰੀ ਹੈ ਉਹ ਮੂਮਜਾਮੀ ਜੇ ਲੱਗ ਗਈ ਨਾਲ ਦੀਆਂ ਜ਼ਮੀਨਾਂ ਬੰਜਰ ਹੋ ਜਾਣਗੀਆਂ ਪਾਣੀ ਥੱਲੇ ਚਲਿਆ ਜਾਊਗਾ ਟੀਡੀਐਸ ਵਧ ਜਾਊਗਾ ਔਰ ਇਨ ਦੀ ਲੌਂਗ ਰਨ ਜਾ ਕੇ ਸਾਡੇ ਪਾਣੀ ਤੇ ਐਡਾ ਵੱਡਾ ਉਹ ਮਾਰੂ ਆ ਕਹਿ ਲੋ ਹਥਿਆਰ ਆ ਉਹ ਉਸ ਤੋਂ ਬਚਾਓ ਸਾਨੂੰ ਇਹ ਕੰਮ ਜ਼ਰੂਰੀ ਨੇ ਔਰ ਨਾਲ ਨਾਲ ਬੈਬਲ ਵਾਲਾ ਵੀ ਇਹ ਹੋਰ ਜਿੰਨੇ ਵੀ ਮੋਰਚੇ ਲੱਗਣ ਔਰ ਲਤੀਪੂਰੇ ਵਾਲੇ ਦਾ ਵੀ ਹੱਲ ਕੱਢਣ ਐ ਨਹੀਂ ਹੁੰਦਾਗਾ ਕਿ ਨਾ ਜੀ ਅਸੀਂ ਤਾਂ ਕਰਤਾ ਹੁਣੀ ਗੋ ਈਗੋ ਖੈਰੇ ਸਰਕਾਰ ਚੋਨੀ ਨਹੀਂ ਜਿੰਨੀ ਪਿਛਲੀਆਂ ਚ ਸੀ ਆਈ ਹੋਪ ਇੰਨਾ ਗੱਲਾਂ ਤੇ ਇਸ ਮਸਲੇ ਨੂੰ ਲੈ ਕੇ ਉਹਨਾਂ ਨੂੰ ਇਹਦਾ ਕੀ ਕਹਿਣਾ ਚਾਹੀਦਾ ਇੱਕ ਸਬਕ ਮਿਲੂਗਾ ਕਿ ਬਾਕੀਆਂ ਤੇ ਪਹਿਲਾਂ ਹੀ ਫੈਸਲਾ ਲੈ ਲੈਣ ਨਾ ਕਿ ਉਹ ਹੀ ਫੇਰ ਬੱਕਰੀਆਂ ਨੂੰ ਕਿ ਦੁੱਧ ਵੀ ਦਿੱਤਾ ਦਿੱਤਾ ਵੀ ਮਿੰਗਰਾ ਪਾ ਕੇ ਐ ਨਾ ਕਰਨ ਤਾਂ ਇਹ ਸਨਮਿਤ ਹੋਜ ਮਾਨ ਹੋਣੀ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਫੈਸਲਾ ਚਾਹੇ ਲਿਆ ਲੇਟ ਲਿਆ ਪਰ ਜੇ 5 ਮਹੀਨੇ ਪਹਿਲਾਂ ਲੈ ਲੈਂਦੇ ਤਾਂ ਜਿਹੜੀਆਂ ਤੰਸ਼ੀਦੀਆਂ ਹੋਈਆਂ ਉਹ ਨਾ ਹੁੰਦੀਆਂ ਕੈਮਰਾ ਪਰਸਨ ਗੁਰਸਾਹਿਬ ਦੇ ਨਾਲ ਮਨਦੀਪ ਜੋਤ ਚੰਡੀ